ਹਾਂਜੀ, ਅੱਜ ਤੁਹਾਨੂੰ ਆਪਾਂ ਸੈਰ ਕਰਾਵਾਂਗੇ ਸਰਸਵਤੀ ਡੇਅਰੀ ਫਾਰਮ ਦੀ, ਜਿਹਨੇ ਲਾ ਲਓ ਪੰਜਾਬ ਹਰਿਆਣੇ ਇੰਡੀਆ ਦੇ ਵਿੱਚ ਪੂਰਾ ਨਾਮ ਕਮਾਇਆ। ਸਰਸਵਤੀ ਮੱਝ ਦਾ ਲਾ ਲਓ ਹਰ ਇੱਕ ਡੇਅਰੀ ਫਾਰਮ ਦਾ ਕਿੱਤਾ ਕਰਨ ਵਾਲੇ ਬੰਦੇ ਨੂੰ ਪਤਾ ਹੈ, ਕਿਉਂਕਿ ਇਹਨੇ ਬਹੁਤ ਤਗੜਾ ਰਿਕਾਰਡ ਲਾ ਲਓ ਬਣਾਏ ਨੇ ਆਪਣੇ ਲੈਵਲ 'ਤੇ, ਮੇਲਿਆਂ ਦੇ ਵਿੱਚ ਹਰੇਕ ਨਾਮ ਜਿੱਤੇ ਨੇ ਇਹਨੇ। ਅੱਜ ਆਪਾਂ ਤੁਹਾਨੂੰ ਉਹ ਵੀ ਵਿਖਾਵਾਂਗੇ ਸਰਸਵਤੀ ਵੀ, ਨਾਲੇ ਬਾਕੀ ਸਾਰਾ ਪਵਿੱਤਰ ਵੀਰ ਦਾ ਜਿਹੜਾ ਫਾਰਮ ਹੈ, ਜਿਹੜੀਆਂ ਜਿਹੜੀਆਂ ਮੱਝਾਂ ਨੇ ਆਪਾਂ ਸਾਰੀਆਂ ਤੁਹਾਨੂੰ ਵਿਖਾਵਾਂਗੇ। ਸੋ ਆ ਜਾਓ ਸ਼ੁਰੂ ਕਰਦੇ ਹਾਂ, ਅੱਜ ਸਾਹਮਣੇ ਕਰੋ ਦਰਸ਼ਨ। ਸਭ ਤੋਂ ਪਹਿਲਾਂ ਹੀ ਤੁਸੀਂ ਸਰਸਵਤੀ, ਇਹ ਸਰਸਵਤੀ ਦੀ ਹੁਣ ਦੀ ਕੰਡੀਸ਼ਨ ਹੈ ਲਾ ਲਓ। ਆਪਾਂ ਗਏ ਤਾਂ ਸ਼ਾਮ ਦੇ ਟਾਈਮ ਲਾ ਲਓ, ਤਕਰੀਬਨ 3-4 ਦਾ ਟਾਈਮ ਸੀ ਉਦੋਂ ਲਾ ਲਓ, ਕੱਖਾਂ ਦਾ ਟਾਈਮ ਸੀ। ਸੋ ਬਾਈ ਨੇ ਆਪਣਾ ਜਿਹੜਾ ਲਾ ਲਓ, ਇਸ ਕਰਕੇ ਸਾਰੀਆਂ ਮੱਝਾਂ ਲਾ ਲਓ ਆਪਣਾ ਖਲ ਦਾਣਾ ਖਾਂਦੀਆਂ ਪਈਆਂ ਨੇ ਅਤੇ ਪੂਰੀਆਂ ਮਸਤ ਨੇ, ਫੁਵਾਰੇ ਲੱਗੇ ਨੇ। ਸਾਰੇ ਫਾਰਮ ਦਾ ਤੁਹਾਨੂੰ ਆਪਾਂ ਟੂਰ ਕਰਾਵਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਸਰਸਵਤੀ, ਕਿਉਂਕਿ ਇਹਦੀ ਲਾ ਲਓ ਹਰ ਇੱਕ ਵੀਰ ਨੂੰ ਉਡੀਕ ਰਹਿੰਦੀ ਹੈ, ਜਦੋਂ ਲਾ ਲਓ ਸੂਆ ਦੇਵੇ ਕੀ ਲਾ ਲਓ, ਹੈ ਨਾ, ਕੰਡੀਸ਼ਨ ਹੋਣ ਲਾ ਲਓ ਗੱਭਣ ਹੈ ਅਤੇ ਹਜੇ ਵੀਰ ਦੱਸਦਾ ਸੀ ਹਜੇ ਇਹਨੇ 4-5 ਮਹੀਨੇ ਲੈਣੇ ਨੇ। ਸੋ ਹੁਣ ਦੀ ਕੰਡੀਸ਼ਨ ਵੇਖੋ, ਪੂਰੀ ਬਣੀ ਧਣੀ, ਪੂਰੀ ਘੈਂਟ ਮੱਝ ਹੈ। ਪਰਮਾਤਮਾ ਲਾ ਲਓ ਚੜ੍ਹਦੀ ਕਲਾਂ 'ਚ ਰੱਖੇ ਇਹਨੂੰ, ਵੀਰ ਦਾ ਨਾਮ ਬਹੁਤ ਬਣਾਇਆ, ਅੱਗੇ ਵੀ ਹੋਰ ਬਣਾਏ। ਸੋ ਐਵੇਂ ਲਾ ਲਓ ਆਪਾਂ ਨੂੰ ਵੀ ਪਹਿਲੀ ਵਾਰੀ ਵੇਖੀਏ ਲਾ ਲਓ, ਹੈ ਨਾ, ਰਿਕਾਰਡ ਸੁਣੇ ਸਨ ਮੇਲਿਆਂ ਦੇ, ਲਾ ਲਓ ਫੋਨਾਂ 'ਤੇ ਵੇਖੇ ਸਨ, ਅੱਖੀ ਵੇਖੇ ਨੇ ਜਾ ਕੇ, ਬਹੁਤ ਰਿਕਾਰਡ ਕਾਇਮ ਕੀਤੇ ਸਨ। ਅੱਜ ਪਹਿਲੀ ਵਾਰੀ ਅੱਖੀ ਵੇਖਿਆ ਵੀ ਜਿਹੜੀ ਮੱਝ ਨੇ ਇੰਨਾ ਦੁੱਧ ਕੱਢਿਆ, ਹੈ ਨਾ, ਵੇਖ ਕੇ ਰੂਹ ਖੁਸ਼ ਹੋਈ ਹੈ। ਸੋ ਲਾ ਲਓ ਉਹੀ ਦਿਲ ਕਰਦਾ ਐਵੇਂ ਦੀਆਂ ਮੱਝਾਂ ਵੇਖ ਕੇ, ਹੈ ਨਾ, ਐਵੇਂ ਦੇ ਲਾ ਲਓ ਜਿਹੜੇ ਵੀਰਾਂ ਨੇ ਮੱਝਾਂ ਰੱਖੀਆਂ ਨੇ, ਫਾਰਮ ਪਾਏ ਨੇ, ਉਹਨਾਂ ਨਾਲ ਮਿਲ ਕੇ ਇਹੀ ਇਸ ਕਰਕੇ ਮਿਲੀਦਾ ਲਾ ਲਓ, ਹੈ ਨਾ, ਤਾਂ ਜੋ ਆਪਣੇ ਜਿਹੜੇ ਯੂਥ ਹੈ ਉਹਨਾਂ ਨੂੰ ਲਾ ਲਓ ਅੱਗੇ ਸੇਧ ਮਿਲੇ, ਜਿਹੜੇ ਆਪਾਂ ਬਾਹਰ ਨੂੰ ਜਾਂਦੇ ਹਾਂ। ਸੋ ਇੱਥੇ ਵੀ ਆਪਾਂ ਕੋਈ ਕਿੱਤਾ ਕਰ ਸਕੇ, ਇਹ ਲਾ ਲਓ ਡੈਅਰੀ ਫਾਰਮ ਆਪਾਂ ਕਿਤੇ ਖੇਤੀ ਦੇ ਨਾਲ ਕੀਤਾ ਹੋਏ, ਸੋ ਆਪਣੀ ਖੇਤੀ ਦੀ ਵਰਗੀ ਵੀ ਕੋਈ ਰੀਸ ਨਹੀਂ, ਅਤੇ ਡੈਅਰੀ ਫਾਰਮ ਵੀ ਆਪਣਾ ਸਿੰਪਲ, ਇਹਦੇ 'ਚ ਲਾ ਲਓ ਕਿਸੇ ਡਿਗਰੀ ਦੀ ਲੋੜ ਨਹੀਂ, ਜੱਟਾਂ ਦਾ ਸਿੱਧਾ ਸੌਦਾ ਹੈ। ਸੋ ਬਹੁਤ ਤਗੜਾ ਲੈਵਲ 'ਤੇ ਬੰਦਾ ਕਮਾਈ ਕਰ ਸਕਦਾ ਅਤੇ ਕਾਮਯਾਬ ਵੀ ਕਰ ਸਕਦਾ ਜੇ ਆਪਾਂ ਚੰਗੀ ਨੀਤ ਨਾਲ ਕਰਨੇ ਹਾਂ। ਸੋ ਆ ਜਾਓ ਇੱਕ ਇੱਕ ਕਰਕੇ ਤੁਹਾਨੂੰ ਮੱਝਾਂ ਵਿਖਾਉਂਦੇ ਹਾਂ, ਸਾਰੀਆਂ ਵੇਖੋ ਪੂਰੀਆਂ ਆਪਣੀਆਂ। ਸਭ ਤੋਂ ਵਧੀਆ ਆਪਾਂ ਨੂੰ ਜਿਹੜੀ ਘੈਂਟ ਚੀਜ਼ ਲੱਗੀ ਹੈ, ਗਰਮੀ ਬੜੀ ਸੀ ਉੱਦਣ, ਪਰ ਜਦੋਂ ਆਪਾਂ ਬਾਈ ਦੇ ਸ਼ੈੱਡ ਥੱਲੇ ਆਏ ਹਾਂ ਨਾ, ਇੰਨਾ ਸੋਹਣਾ ਟੈਂਪਰੇਚਰ ਮੇਨਟੇਨ ਕੀਤਾ ਪਿਆ, ਜਿਵੇਂ ਆਪਾਂ ਲਾ ਲਓ ਵਧੀਆ ਕੂਲਰ ਏ ਸੀ ਵਾਲੇ ਕਮਰੇ 'ਚ ਨਹੀਂ ਬੈਠੇ ਹੁੰਦੇ ਵੀ ਗਰਮੀ ਦਾ ਕੋਈ ਪਤਾ ਨਹੀਂ ਲੱਗਦਾ, ਉਵੇਂ ਮੱਝਾਂ ਵੀ ਪੂਰੀਆਂ ਰਿਲੈਕਸ ਆਪਣੇ ਆਰਾਮ ਨਾਲ ਗਾਲੀ ਕਰਦੀਆਂ ਪਈਆਂ ਸਨ, ਆਪਣਾ ਦਾਣਾ ਖਾਂਦੀਆਂ ਪਈਆਂ ਸਨ, ਪੱਠੇ ਖਾਂਦੀਆਂ ਪਈਆਂ ਸਨ, ਕਿਉਂਕਿ ਇਹਦਾ ਮੇਨ ਕਾਰਨ ਸੀ ਬਹੁਤ ਹੀ ਵਧੀਆ ਲਾ ਲਓ, ਹੈ ਨਾ, ਖੁਰਲੀ ਬਣੀ ਹੈ, ਉੱਤੇ ਪੱਕਾ ਲਾ ਲਓ ਆਪਣਾ ਲੈਂਟਰ ਪਿਆ, ਪੱਖੇ ਲੱਗੇ ਨੇ, ਫੁਹਾਰਾ ਸਿਸਟਮ ਲੱਗਿਆ। ਸੋ ਪੂਰਾ ਇਹ ਤਾਂ ਐਵੇਂ ਖੜੇ ਸਨ ਜਿਵੇਂ ਲਾ ਲਓ ਬੰਦਾ ਗਰਮੀਆਂ ਦੇ ਵਿੱਚ ਸ਼ਿਮਲੇ ਆਪਾਂ ਜਾਈਏ ਪਹਾੜਾਂ 'ਚ ਜਾਈਏ ਆਨੰਦ ਮਾਨਣ, ਉਵੇਂ ਆਨੰਦ ਮਾਣਦੀਆਂ ਪਈਆਂ ਸਨ। ਅਤੇ ਪੂਰੀਆਂ ਲਾ ਲਓ ਵਿੱਚ ਵੀਰ ਲਾ ਲਓ ਆਪਣਾ ਇਸ ਹਾਰ ਸ਼ਿੰਗਾਰ ਕਰਨ ਲੱਗਾ ਸੀ ਮੱਝਾਂ ਦੇ, ਬਾਈ ਵਾਲ ਜਿਵੇਂ ਆਪਣਾ ਕਟਿੰਗ ਕਰਾਉਂਦਾ ਪਿਆ ਸੀ, ਸੋ ਵਿੱਚ ਹੀ ਉਹ ਲੱਗਾ ਸੀ। ਐਵੇਂ ਇੱਕ ਕਰਕੇ ਸਭ ਆਪਣਾ ਬਾਈ ਨੇ ਇੱਥੇ ਆਪਣੇ ਲੈਣ ਸਿਰ ਮੱਝਾਂ ਬੰਨੀਆਂ ਨੇ, ਆਹਲਾ ਜਿਹੜਾ ਹੁਣ ਮੱਝਾਂ ਦਾ ਜਿਵੇਂ ਇੱਕ ਪਾਸੇ ਆ ਗਿਆ, ਜਿਹੜੀਆਂ ਆਪਣਾ ਮਿਲਦੀਆਂ ਨੇ ਜਾਂ ਜਿਹੜੀਆਂ ਆਪਣਾ ਡਰਾਈ ਨੇ, ਹੈ ਨਾ, ਨਾਲ ਹੀ ਬਾਈ ਨੇ ਸੈਪਰੇਟ ਕੀਤਾ ਇੱਕ ਆਪਣਾ ਗਾਵਾਂ ਦਾ, ਇਹ ਵੇਖੋ ਤੁਹਾਡੇ ਸਾਹਮਣੇ ਬਾਈ ਨੇ ਦੱਸੇ ਸਨ ਰਿਕਾਰਡ, ਗਾਵਾਂ ਦੇ ਵੀ ਬੜੇ ਤਗੜੇ ਤਗੜੇ ਰਿਕਾਰਡ ਨੇ, ਹੈ ਨਾ, ਸਭ ਵਧੀਆ ਦੁੱਧ ਵਾਲੀਆਂ ਗਾਵਾਂ ਨੇ, ਕੋਈ ਆਮ ਗਾਂ ਨਹੀਂ ਕਿ ਜਿੰਨੀਆਂ ਬਾਈ ਕੋਲ ਹੈਗੇ ਨੇ, ਪੂਰੀਆਂ ਵਧੀਆ ਨਸਲੀ ਗਾਵਾਂ ਨੇ ਸਭ, HF ਰਿਕਾਰਡ ਵਾਲੀਆਂ। ਸੋ ਇਹਨਾਂ ਦਾ ਮੌਸਮ ਵੇਖੋ ਕਿਵੇਂ ਆ, ਆਪਣਾ ਬੈਠੀਆਂ ਨੇ ਪੂਰਾ ਵਧੀਆ, ਗਰਮੀ ਦਾ ਕੋਈ ਇਹਨਾਂ ਨੂੰ ਆਉਣੀ, ਪਰਲੇ ਪਾਸੇ ਬਾਈ ਨੇ ਕੱਚਾ ਹੀ ਬੜਾ ਸੋਹਣਾ ਪ੍ਰਬੰਧ ਕੀਤਾ, ਹੈ ਨਾ, ਰਾਤ ਦੇ ਟਾਈਮ ਜਿਵੇਂ ਬਾਈ ਦੱਸਦਾ ਸੀ ਵੀ ਆਪਾਂ ਪਰਾਂ ਕੱਚੇ 'ਚ ਬੰਨਣੇ ਹਾਂ ਅਤੇ ਦਿਨੇ ਇੱਥੇ ਰਹਿੰਦੀਆਂ ਨੇ, ਉਹ ਪਰਾਂ ਜਿਹੜੀਆਂ ਬੈਕ ਸਾਈਡ ਤੁਸੀਂ ਝੋਟੀਆਂ ਵੇਖਦੇ ਹੋ ਬਾਈ ਜਿਹੜੀਆਂ ਤਿਆਰ ਕਰਦਾ ਪਿਆ, ਇੱਧਰ ਵੱਛੀਆਂ ਸਨ ਜਿਵੇਂ। ਸੋ ਐਵੇਂ ਬਾਈ ਨੇ ਅੱਡ ਜਿਵੇਂ ਡਿਪਾਰਟਮੈਂਟ ਬਣਾਏ ਨੇ ਵੀ ਮੈਨੇਜ ਬਹੁਤ ਸੋਹਣਾ ਕੀਤਾ ਲਾ ਲਓ ਫਾਰਮ ਨੂੰ, ਹੈ ਨਾ, ਕਹਿਣਾ ਸੁੱਖ ਹੈ, ਆਪਾਂ ਕਹਿ ਦਿੰਦੇ ਹਾਂ ਨਾ ਇੰਨਾ ਦੁੱਧ ਕਿਵੇਂ ਆ ਗਿਆ, ਬਾਈ ਦਾ ਇੰਨਾ ਨਾਮ ਕਿਵੇਂ ਆ ਗਿਆ। ਸੋ ਬਾਈ ਨਾਲ ਗੱਲਾਂ ਕਰਕੇ ਪਤਾ ਵੀ ਬਾਈ ਨੇ ਕਿਵੇਂ ਲਾ ਲਓ, ਹੈ ਨਾ, ਨਾਮ ਬਣਾਇਆ, ਕਿਉਂਕਿ ਇਹ ਇੱਕ ਦਿਨ 'ਚ ਨਹੀਂ ਬਣਦਾ, ਬਹੁਤ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਇਹਦੇ ਨਾਲ। ਬਾਈ ਲਾ ਲਓ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਖੇਤੀ ਵੀ ਕਰਦਾ, ਸੋ ਆਪਾਂ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਵੀਰ ਖੇਤੀ ਵੀ ਕਰਦਾ, ਆਪਾਂ ਨੂੰ ਅਸੀਂ ਇਕੱਲਾ ਡੈਅਰੀ ਫਾਰਮ ਦਾ ਹੀ ਕੰਮ ਹੈ, ਬਾਈ 100-150 ਕਿੱਲੇ ਦੇ ਨੇੜੇ ਲਾ ਲਓ ਖੇਤੀ ਵੀ ਨਾਲ ਕਰਦੇ ਨੇ।
ਸੋ ਇੱਕ ਗੱਲ ਹੋਰ ਬੜੀ ਬਾਈ ਦੀ ਵਧੀਆ ਲੱਗੀ, ਬਾਈ ਲਾ ਲਓ ਕੈਨੇਡਾ ਦਾ ਪੀ ਆਰ ਹੈ ਲਾ ਲਓ, ਹੈ ਨਾ, ਉੱਥੋਂ ਦੀ ਸਿਟੀਜ਼ਨਸ਼ਿਪ ਬਾਈ ਛੱਡ ਕੇ ਇੱਥੇ ਲਾ ਲਓ ਆਪਣੇ ਇੰਡੀਆ ਰਹਿਣ ਲੱਗਿਆ, ਹੈ ਨਾ, ਜਿਵੇਂ ਲਾ ਲਓ ਅੱਜ ਕੱਲ੍ਹ ਦੇ ਆਪਾਂ ਨੂੰ ਹਰ ਇੱਕ ਨੂੰ ਹੁੰਦਾ ਬਾਹਰ ਚੱਲੀਏ ਬਾਹਰ ਚੱਲੀਏ। ਸੋ ਬਾਈ ਬਾਹਰ ਛੱਡ ਕੇ ਕੈਨੇਡਾ ਛੱਡ ਕੇ ਇੰਡੀਆ ਦੇ ਵਿੱਚ ਆਪਣਾ ਨਾਮ ਕਮਾਇਆ ਬਾਈ ਨੇ ਪੂਰੇ ਉਤਲੇ ਲੈਵਲ ਦੇ ਉੱਤੇ। ਪੰਜਾਬ ਹਰਿਆਣਾ ਦੇ ਵਿੱਚ ਬਾਈ ਦੀ ਤੂਤੀ ਬੋਲਦੀ ਲਾ ਲਓ, ਹੈ ਨਾ, ਮੱਝਾਂ ਦੇ ਵਿੱਚ ਲਾ ਲਓ ਜਿਵੇਂ ਦੇ ਰਿਕਾਰਡ ਕਾਇਮ ਕੀਤੇ ਨੇ ਬਾਈ ਨੇ। ਸੋ ਆਹ ਵੇਖੋ ਆਹ ਸਾਰੀਆਂ ਝੋਟੀਆਂ ਜਿਹੜੀਆਂ ਤਿਆਰ ਹੋਣ ਵਾਲੀਆਂ ਨੇ ਸੂਣ ਵਾਲੀਆਂ ਨੇ ਆਉਣ ਦੇ ਟਾਈਮਾਂ ਦੇ ਵਿੱਚ ਪੂਰੀਆਂ ਬਣੀਆਂ ਥਣੀਆਂ। ਕੁਛ ਕੁ ਮੱਝਾਂ ਤਾਜ਼ੀਆਂ ਸੂਈਆਂ ਨੇ, ਉਹ ਵੀ ਤੁਹਾਨੂੰ ਆਪਾਂ ਵਿਖਾਵਾਂਗੇ। ਸੋ ਜੇ ਗੱਲ ਕਰੀਏ ਮੱਝਾਂ ਦੀ, ਮੱਝਾਂ ਲਾ ਲਓ ਇੱਕ ਤੋਂ ਇੱਕ ਨੇ ਬਾਈ ਕੋਲ ਲਾ ਲਓ, ਹੈ ਨਾ, ਜੇ ਆਪਾਂ ਕਿਹਾ ਮੱਝ ਤਗੜੀ ਹੈ ਉਹਦੇ ਨਾਲ ਵਾਲੀ ਵੇਖੀ ਉਦੋਂ ਵੀ ਚੰਗੀ ਹੈ, ਕਿਉਂਕਿ ਗੱਲ ਹੁੰਦੀ ਹੈ ਬਰੀਡ ਦੇ ਉੱਤੇ। ਇਕੱਲੇ ਆਪਾਂ ਜੇ ਆਖੀਏ ਦਾਣਾ ਪਾਈ ਜਾਈਏ ਐਵੇਂ ਨਹੀਂ ਹੁੰਦੀ, ਨਸਲ ਦੀ ਵੀ ਗੱਲ, ਬਰੀਡ ਬਹੁਤ ਤਗੜੀ ਹੁੰਦੀ ਹੈ। ਚੰਗੀ ਬਰੀਡ, ਚੰਗੀ ਫੀਡ, ਉਸ ਤੋਂ ਬਾਅਦ ਆਪਾਂ ਚੰਗੀ ਲਾ ਲਓ ਕੇਅਰ, ਬਹੁਤ ਗੱਲਾਂ ਮੈਟਰ ਕਰਦੀਆਂ ਨੇ। ਐਵੇਂ ਨਹੀਂ ਲਾ ਲਓ, ਹੈ ਨਾ, ਕੋਈ ਵੀ ਚੀਜ਼ ਲਾ ਲਓ ਨਾਮ ਬਣਾਉਂਦੀ। ਸੋ ਇਸ ਕਰਕੇ ਬਾਈ ਨੇ ਬਹੁਤ ਨੌਲੇਜ ਵਾਲੀਆਂ ਗੱਲਾਂ ਵੀ ਸ਼ੇਅਰ ਕੀਤੀਆਂ ਨੇ, ਜਿਹਦੇ ਕਰਕੇ ਆਪਾਂ ਨੂੰ ਪਤਾ ਲੱਗਿਆ ਆਹ ਚੀਜ਼, ਹੈ ਨਾ, ਕਿਵੇਂ ਕਿਵੇਂ ਮੈਨੇਜ ਕਰਨੀ ਪੈਂਦੀ ਆ। ਸਾਹਮਣੇ ਮੱਝ ਵੇਖੋ ਕਿੱਡੀ ਸੋਹਣੀ ਵਧੀਆ ਬਣੀ ਥਣੀ ਹੈ, ਇਹ ਵੀ ਡਰਾਈ ਚੱਲਦੀ ਪਈ ਹੈ। ਡਰਾਈ ਮੱਝਾਂ ਦੀ ਤੁਸੀਂ ਕੰਡੀਸ਼ਨ ਚੈੱਕ ਕਰੋ, ਹੈ ਨਾ, ਤਾਜ਼ੀਆਂ ਸੂਈਆਂ ਨੂੰ ਪਿੱਛੇ ਛੱਡਦੀਆਂ ਪਈਆਂ ਨੇ। ਆ ਵੀਰ ਵੀ ਲਾ ਲਓ ਰੀਝਾਂ ਲਾਉਂਦਾ ਪਿਆ ਪੂਰੀ ਬਰੀਕੀ ਦੇ ਨਾਲ, ਬਾਈ ਦੀਆਂ ਮੱਝਾਂ ਨੂੰ ਵਧੀਆ ਹਾਰ ਸ਼ਿੰਗਾਰ ਮੇਕਅਪ ਕਰਦਾ ਪਿਆ। ਸੋ ਆਹ ਸਾਹਮਣੇ ਵੇਖੋ ਜਿਹੜੀ ਹੈ ਇਹ ਵੀ ਡਰਾਈ ਹੈ, ਇਹਦੇ ਨਾਲ ਇੱਕ ਛੱਡ ਕੇ ਪਰਾਂ ਮੱਝ ਹੈ ਉਹ ਅਜੇ ਤਾਜ਼ੀ ਸੂਈ ਹੈ, ਉਹਦਾ ਤੁਹਾਨੂੰ ਆਪਾਂ ਆਰਡਰ ਕੁਆਲਿਟੀ ਚੈੱਕ ਕਰਾਵਾਂਗੇ। ਇਹ ਬਾਹਰ ਆਹ ਜਿਹੜੇ ਤੁਸੀਂ ਹੁਣ ਵੇਹਨੇ ਪਏ ਹੋ, ਹੈ ਨਾ, ਸਾਹਮਣੇ ਬਾਈ ਨੇ ਕੰਡਾ ਰੱਖਿਆ, ਹਰ ਰੋਜ਼ ਬਾਈ ਆਉਂਦਾ ਮੈਂ ਚੈੱਕ ਕਰਨਾ ਸਵੇਰੇ ਸ਼ਾਮ ਮੱਝ ਜਿਹੜਾ ਆਪਾਂ ਚਵਾਈ ਕਰਨੀ ਹੈ। ਸੋ ਪਤਾ ਲੱਗਦਾ ਰਹਿੰਦਾ ਮੱਝ ਕਿਵੇਂ ਦੁੱਧ ਵਧਾਉਂਦੀ ਹੈ ਘਟਾਉਂਦੀ ਹੈ, ਸੋ ਹਿਸਾਬ ਦੇ ਉੱਤੇ ਗੌਰ ਕਰਦੇ ਰਹਿੰਦੇ ਨੇ। ਆ ਖੁੱਲ੍ਹਾ ਮੈਦਾਨ ਪੂਰਾ ਕੱਚਾ ਛੱਡਿਆ, ਜਿਵੇਂ ਰਾਤੀ ਆਪਣਾ ਜਿਵੇਂ ਤਾਜ਼ਾ ਸੂਣ ਵਾਲਾ ਕਦੀ ਡੰਗਰ ਹੁੰਦਾ ਉਹਨੂੰ ਇੱਥੇ ਕੱਚੇ ਦੇ ਵਿੱਚ ਨਹੀਂ ਬਾਹਰ ਖੁਰਲੀ ਹੈ, ਕੁਛ ਕੁ ਮੱਝਾਂ ਕੱਚੇ 'ਚ ਬੰਨਣੀਆਂ ਨੇ, ਜਿਹਦੇ ਨਾਲ ਜੋ ਜੋ ਲਾ ਲਓ ਮੱਝਾਂ ਨੂੰ, ਹੈ ਨਾ, ਚੀਜ਼ਾਂ ਚਾਹੀਦੀਆਂ ਨੇ ਉਹ ਬਾਈ ਨੇ ਸਾਰੀਆਂ ਇਹ ਆਪਣੀ ਜਗ੍ਹਾ ਦੇ ਵਿੱਚ ਪ੍ਰੋਵਾਈਡ ਕਰਾਈਆਂ ਨੇ ਫਾਰਮ ਦੇ ਉੱਤੇ, ਤਾਂ ਹੀ ਲਾ ਲਓ ਸਾਰੀਆਂ ਮੱਝਾਂ ਰਾਜੀ ਵੀ ਨੇ ਅਤੇ ਖੁਸ਼ ਵੀ ਨੇ। ਸੋ ਅੱਜ ਕੱਲ੍ਹ ਜਿਵੇਂ ਆਪਾਂ ਆਖੀਆਂ ਇਕੱਲੀਆਂ ਪੱਕੇ ਦੇ ਉੱਤੇ ਮੱਝਾਂ ਉਹ ਵੀ ਨਹੀਂ, ਹੈ ਨਾ, ਜੇ ਆਖੀਏ ਇਕੱਲੇ ਕੱਚੇ ਦੇ ਉੱਤੇ ਉਹ ਵੀ ਨਹੀਂ, ਬਾਈ ਨੇ ਦੋਨੇ ਚੀਜ਼ਾਂ ਰੱਖੀਆਂ ਨੇ, ਕੱਚਾ ਵੀ ਅਤੇ ਪੱਕਾ ਵੀ। ਸੋ ਜਿਵੇਂ ਲਾ ਲਓ ਹੁਣ ਆਪਣਾ ਚਵਾਈ ਹੋ ਜਾਏਗੀ, ਬਾਈ ਦੱਸਦਾ ਵੀ ਆਪਾਂ ਰਾਤ ਦੇ ਟਾਈਮ ਬਾਹਰ ਕਰ ਦੇਣੀਆਂ ਨੇ। ਮੱਛਰਾਂ ਦੇ ਲਈ ਬਾਈ ਨੇ ਪੂਰਾ ਪ੍ਰਬੰਧ ਕੀਤਾ ਮੱਛਰਦਾਨੀ ਦਾ। ਸੋ ਆਹ ਮੱਝ ਦਾ ਵੇਖੋ ਤੁਸੀਂ ਪੂਰੀ ਪਿੱਠ ਪੂਲੇ ਦੀ ਪੂਰੀ ਚੰਗੀ ਮੱਝ। ਸੋ ਆ ਨਾਲ ਹੀ ਜਿਹੜੀ ਹੁਣ ਮੱਝ ਤੁਸੀਂ ਚੈੱਕ ਕਰੋ ਇਹ ਵੀ ਪੂਰੀ ਵਧੀਆ, ਸਭ ਮੱਝਾਂ ਪੂਰੀਆਂ ਬਣੀਆਂ ਥਣੀਆਂ ਨੇ। ਨਾਲ ਹੀ ਤੁਹਾਨੂੰ ਆਪਾਂ ਅੱਜ ਵਾਲੀ ਵੀਡੀਓ 'ਚ ਇੱਕ ਬਾਈ ਦਾ ਹੋਰ ਸ਼ੌਂਕ ਵਿਖਾਵਾਂ ਜਿਹੜਾ ਮੈਨੂੰ ਲੱਗਦਾ ਅੱਜ ਤੱਕ ਕਿਸੇ ਵੀਰ ਨੇ ਨਾ ਹੀ ਬਾਈ ਨੇ ਆਪ ਦੱਸਿਆ ਹੋਣਾ। ਸੋ ਉਹ ਵੀ ਆਪਾਂ ਵੀਡੀਓ ਦੇ ਐਂਡ 'ਚ ਵਿਖਾਵਾਂਗੇ, ਤੁਹਾਨੂੰ ਜੁੜੇ ਰਹੋ ਵੀਡੀਓ ਦੇ ਨਾਲ। ਸੋ ਆਹ ਬੂਰੀ ਮੱਝ ਵੇਖੋ ਬਹੁਤ ਹੀ ਚੰਗੀ ਸੀ, ਲਾ ਲਓ ਪੂਰੀਆਂ ਦੋ ਬੂਰੀਆਂ ਮੱਝਾਂ ਸਨ ਬਾਈ ਕੋਲ ਮੈਨੂੰ ਲੱਗਦਾ। ਸੋ ਦੋਨੇ ਪੂਰੀਆਂ ਬਣੀਆਂ ਥਣੀਆਂ ਵਧੀਆ, ਪੂਰਾ ਚੰਗਾ ਆਰਡਰ ਲਾ ਲਓ ਥੱਲੇ ਤੱਕ ਜਾਂਦਾ, ਪੂਰਾ ਮੋਟਾ ਥਣ ਵਧੀਆ ਸਿਹਤ ਦੀਆਂ, ਅਤੇ ਦੁੱਧ ਨੇ ਬਾਈ ਜਿਵੇਂ ਦੱਸਿਆ ਦੁੱਧ ਵੀ ਪੂਰਾ ਵਧੀਆ ਦਿੰਦੀਆਂ ਨੇ ਜਿਵੇਂ ਬਾਈ ਦੱਸਦਾ ਸੀ। ਸੋ ਹੁਣ ਜਿਵੇਂ ਫੀਡਿੰਗ ਦਾ ਟਾਈਮ ਚੱਲਦਾ ਪਿਆ, ਬਾਈ ਪੂਰਾ ਉੱਤੇ ਖੜ੍ਹ ਕੇ ਬੰਦਿਆਂ ਤੋਂ ਕੰਮ ਕਰਾਉਂਦਾ, ਜਿਹੜੇ ਜਿਹੜੀ ਮੱਝ ਨੂੰ ਲਾ ਲਓ ਜਿੱਦਾਂ ਜਿੰਨਾ, ਹੈ ਨਾ, ਆਪਣਾ ਰਾਸ਼ਨ ਪਾਣੀ ਪਾਉਣਾ। ਸੋ ਉੱਤੇ ਖੜ੍ਹ ਕੇ ਆਹ ਮੱਝ ਦਾ ਵੇਖੋ ਆਰਡਰ ਤੁਸੀਂ ਚੈੱਕ ਕਰੋ, ਥਣ ਜਮੀ ਵਧੀਆ ਪੂਰਾ। ਸੋ ਇੱਧਰ ਹੁਣ ਜਿੰਨੀਆਂ ਤੁਸੀਂ ਮੱਝਾਂ ਵੇਖੋਗੇ ਸਭ ਹੈ ਉਹਨਾਂ ਦੁੱਧ ਵਾਲੀਆਂ ਨੇ, ਜਿੰਨਾ, ਹੈ ਨਾ, ਆਪਣਾ ਤਾਜ਼ੀਆਂ ਸੂਈਆਂ ਨੇ, ਕੁਛ ਕੁ ਲਾ ਲਓ 4-5 ਮਹੀਨੇ ਦੀਆਂ ਨੇ। ਸੋ ਇੱਧਰ ਹੁਣ ਸਭ ਵਧੀਆ ਕੁਆਲਿਟੀ ਦੇ ਦੁੱਧ ਦੇਣ ਵਾਲੀਆਂ ਮੱਝਾਂ ਖੜ੍ਹੀਆਂ ਨੇ ਇੱਕ ਤੋਂ ਇੱਕ। ਆਹ ਮੱਝ ਦਾ ਤੁਸੀਂ ਆਰਡਰ ਚੈੱਕ ਕਰ ਸਕਦੇ ਹੋ ਪੂਰਾ ਵਧੀਆ। ਵੇਖੋ ਥਣਾਂ ਦਾ ਗੈਪ ਚੈੱਕ ਕਰੋ, ਪੂਰੇ ਲੰਮੇ ਥਣ ਹੈ ਜਿਵੇਂ ਹੋਣੇ ਚਾਹੀਦੇ ਨੇ। ਸੋ ਮੈਂ ਕਿਹਾ ਇੱਕ ਇੱਕ ਮੱਝ ਮੈਂ ਨਾ ਬੰਦੇ ਨੂੰ ਪੂਰਾ, ਜਿਹੜਾ ਬੰਦਾ ਸ਼ੌਕੀਨ ਬੰਦੇ ਨੇ ਨਾ, ਸ਼ੌਕੀਨ ਬੰਦਿਆਂ ਦੇ ਮੈਂ ਨਾ
ਪੂਰੀ ਰੂਹ ਖੁਸ਼ ਕਰਨ ਵਾਲੀਆਂ ਮੱਝਾਂ ਸਨ ਬਾਈ ਕੋਲ, ਜਿੰਨੇ ਨਾਗ ਵੇਖੇ ਨੇ। ਸੁਬਾਹ ਆ ਗਈਆਂ ਨੇ ਆਪਣਾ ਸਰਸਵਤੀ, ਸਰਸਵਤੀ ਦੇ ਨਾਲ ਵੀ ਬਾਈ ਨੇ ਮੱਝ ਦੱਸੀ ਸੀ, ਇਹ ਵੀ ਹੁਣ ਥੋੜ੍ਹੇ ਟਾਈਮ ਦੇ ਵਿੱਚ ਸੂਣ ਵਾਲੀ ਹੈ, ਇਹਦੀ ਮੱਝ ਦਾ ਵੀ ਰਿਕਾਰਡ ਬਹੁਤ ਸੋਹਣਾ ਸੀ। ਸੁਬਾਹ ਬਾਈ ਨੇ ਦੋ ਰੱਖੇ ਨੇ ਆਪਣੇ ਮੱਲ, ਝੋਟੇ ਰੱਖੇ ਨੇ, ਇਹ ਵੀ ਬਾਈ ਦੱਸਦਾ ਸੀ, ਇਹਨਾਂ ਦੀਆਂ ਮਾਵਾਂ ਦਾ ਬਹੁਤ ਤਕੜਾ ਰਿਕਾਰਡ ਹੈ। ਸੋ ਇਹ ਆਪਣੇ ਇੱਕ ਸਾਈਡ 'ਤੇ ਬੰਨੇ ਨੇ। ਸੋ ਇਸ ਹਿਸਾਬ 'ਤੇ ਬਾਈ ਨੇ ਪੂਰਾ ਵਧੀਆ ਮੈਨੇਜ ਕੀਤਾ ਫਾਰਮ, ਬਹੁਤ ਵਧੀਆ ਲੱਗਾ ਅੱਜ ਫਾਰਮ ਦੇ ਉੱਤੇ ਆ। ਹੁਣ ਚੱਲਦੇ ਹਾਂ ਬਾਈ ਦੇ ਘਰ, ਨਾਲੇ ਤੁਹਾਨੂੰ ਵਿਖਾਵਾਂਗੇ ਜਿਹੜੀ ਚੀਜ਼ ਹਜੇ ਤੱਕ ਕਿਸੇ ਨੇ ਨਹੀਂ ਵਿਖਾਈ, ਉਹ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਵਾਂਗੇ। ਬਹੁਤ ਹੀ ਘੈਂਟ ਚੀਜ਼, ਅਤੇ ਤੁਸੀਂ ਵੇਖ ਕੇ ਬਹੁਤ ਖੁਸ਼ ਹੋਵੋਗੇ, ਬਹੁਤ ਹੀ ਵਧੀਆ ਕੁਆਲਿਟੀ ਦੀ ਲਾ ਲਓ, ਪੂਰੀ ਘੈਂਟ ਚੀਜ਼ ਆ, ਕਰੋ ਦਰਸ਼ਨ ਜੀ। ਵਾਈਟ ਜਰਮਨ ਸ਼ੈਫਰਡ ਦੇ ਬਾਈ ਨੇ ਦੱਸਿਆ ਇਹ ਵੀ ਕਨੇਡਾ ਤੋਂ ਇੰਪੋਰਟ ਕਰਾਇਆ ਸੀ, ਇਹਦੇ ਲਾ ਲਓ ਜਿਹੜੇ ਆਪਣੇ ਮਦਰ ਫਾਦਰ ਨੇ ਉਹ ਵੀ ਚੈਂਪੀਅਨ ਲਾਈਂਦੇ ਨੇ। ਸੋ ਬਾਈ ਇਹ ਕਹਿੰਦਾ ਆਪਣਾ ਬੜੇ ਸ਼ੌਂਕ ਨਾਲ ਰੱਖਿਆ, ਅਤੇ ਆਪਾਂ ਵੀ ਲਾ ਲਓ ਵੇਖ ਕੇ ਬਹੁਤ ਵਧੀਆ ਲੱਗਾ ਹੈ ਨਾ, ਕਿਉਂਕਿ ਇਹ ਨਸਲ ਬਹੁਤ ਹੀ ਸਿਆਣੀ ਹੁੰਦੀ ਹੈ। ਸੋ ਐਵੇਂ ਬਾਈ ਨਾਲ ਅੱਜ ਫਾਰਮ 'ਤੇ ਵਿਜ਼ਿਟ ਕਰਕੇ ਬਹੁਤ ਚੰਗਾ ਲੱਗਿਆ, ਬਾਈ ਦਾ ਸੁਭਾਅ ਬਹੁਤ ਵਧੀਆ ਸੀ ਹੈ ਨਾ, ਮੱਝਾਂ ਵੀ ਇੱਕ ਤੋਂ ਇੱਕ, ਸਰਸਵਤੀ ਵੇਖ ਕੇ ਖਾਸ ਕਰਕੇ ਆਪਾਂ ਨੂੰ ਬਹੁਤ ਵਧੀਆ ਲੱਗਿਆ, ਕਿਉਂਕਿ ਇਹਦਾ ਆਪਾਂ ਬਹੁਤ ਰਿਕਾਰਡ ਸੁਣਿਆ ਸੀ। ਸੋ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ, ਸਾਰਿਆਂ ਦੇ ਇੱਥੋਂ ਤੱਕ ਵੀਡੀਓ ਵੇਖਣ ਦੇ ਲਈ ਧੰਨਵਾਦ ਜੀ, ਸਾਰਿਆਂ ਨੂੰ ਆਖਿਰਕਾਰ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।